ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਸਾਰਿਆਂ ਦਾ ਸਿੱਧੂ ਮੂਸੇਵਾਲ ਨਾਲ ਜੁੜੀ ਹੋਈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦੇਵਾਂ ਕਿ ਸਿੱਧੂ ਮੂਸੇਵਾਲ ਨਾਲ ਜੁੜੀ ਹੋਈ ਹਰ ਅਪਡੇਟ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਮੂਸੇਵਾਲ ਨਾਲ ਜੁੜੀ ਹੋਈ ਹਰ ਲੇਟੈਸਟ ਅਪਡੇਟ ਤੁਸੀਂ ਸਾਰਿਆਂ ਨੂੰ ਪਹਿਲਾਂ ਜਾਣ ਸਕੋ। ਤਾਂ ਦੋਸਤੋ ਕਰਦੇ ਹਾਂ ਆਪਾਂ ਵੀਡੀਓ ਸਟਾਰਟ। ਤਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੂਸੇਵਾਲ ਅਤੇ ਬੋਹੀਮੀਆਂ ਦਾ ਅੱਜ ਕੱਲ੍ਹ ਗਾਣਾ ਬਹੁਤ ਸਮੇਂ ਪਹਿਲਾਂ ਲੀਕ ਹੋ ਗਿਆ ਸੀ ਅਤੇ ਹੁਣ ਇਸ ਦੀਆਂ ਖ਼ਬਰਾਂ ਮੂਸੇਵਾਲਿਆਂ ਨੇ ਜਦੋਂ ਸੇਮ ਬੀਫ ਨੂੰ 200 million ਕੰਪਲੀਟ ਹੋਇਆ ਤਾਂ ਉਹਨਾਂ ਨੇ ਦੱਸਿਆ ਕਿ ਅੱਜ ਕੱਲ੍ਹ ਗਾਣਾ ਬਹੁਤ ਜਲਦ ਆਵੇਗਾ। ਉਹਨਾਂ ਨੇ ਨੀਚੇ ਕਮੈਂਟ ਕੀਤਾ ਬੀ ਰੈਡੀ ਫੋਰ ਨੈਕਸਟ ਵਨ। ਹੁਣ ਖ਼ਬਰਾਂ ਇਹ ਆ ਰਹੀਆਂ ਨੇ ਜੇ ਅੱਜ ਕੱਲ੍ਹ ਦਾ ਅਸਲੀ ਨਾਮ 30 days ਰੱਖਿਆ ਗਿਆ ਮੂਸੇਵਾਲੇ ਅਤੇ ਬੋਹੀਮੀਆਂ ਵੱਲੋਂ ਅਤੇ ਇਹ ਗਾਣਾ ਬਹੁਤ ਜਲਦ ਰਿਲੀਜ਼ ਹੋਣ ਵਾਲਾ ਹੈ। ਤਾਂ ਦੋਸਤੋ ਖ਼ਬਰਾਂ ਇਹ ਵੀ ਨੇ ਕਿ ਇਹ ਗਾਣਾ 15 September ਤੋਂ ਪਹਿਲਾਂ ਰਿਲੀਜ਼ ਹੋਵੇਗਾ ਅਤੇ ਸਿੱਧੂ ਮੂਸੇਵਾਲੇ ਨੇ ਇਹ ਗਾਣਾ YRF ਨੂੰ ਹੀ ਵੇਚ ਦਿੱਤਾ ਹੈ। ਦੋਸਤੋ ਤੁਹਾਨੂੰ ਕੀ ਲੱਗਦਾ ਕਿ 30 days ਗਾਣਾ ਕਦੋਂ ਰਿਲੀਜ਼ ਹੋਵੇਗਾ? ਥੱਲੇ ਕਮੈਂਟਾਂ ਵਿੱਚ ਜ਼ਰੂਰ ਦੱਸਿਓ। ਅਤੇ ਜੇਕਰ ਤੁਸੀਂ ਵੀ ਸਿੱਧੂ ਮੂਸੇਵਾਲੇ ਦੇ ਫੈਨ ਹੋ ਇਸ ਵੀਡੀਓ ਨੂੰ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ ਵੀਡੀਓ ਦੇਖਣ ਲਈ। ਹੁਕਰਾਂ ਵੱਡੇ ਗੀਤ ਤੇ ਪਵਾੜੇ ਅੱਜ ਕੱਲ ਇੰਡਸਟਰੀ ਖਾਂਦੀ ਵਿੱਚੋਂ ਸਾਰੇ।